ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਐਮਰਜੈਂਸੀ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਮੈਂ ਹਰਸ਼ੈਲਨ ਕੌਰ ਸਭ ਤੋਂ ਪਹਿਲੀ ਖਬਰ ਤੁਹਾਨੂੰ ਦੱਸਦੇ ਹਾਂ ਪੰਜਾਬ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਵੀ ਪਹਿਲਾਂ ਕਿ ਅੱਜ ਤੇ ਕੱਲ ਦਾ ਦਿਨ ਧਰਤੀ ਤੇ ਪਾਰਾ ਰਹਿਣ ਵਾਲਾ ਹੈ ਜਾਣਕਾਰੀ ਦਿੱਤੀ ਹੈ spaceweather.com ਨੇ ਕਿ 16 ਲੱਖ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਇੱਕ ਸ਼ਕਤੀਸ਼ਾਲੀ ਸੂਰਜੀ ਤੂਫਾਨ ਧਰਤੀ ਵੱਲ ਵੱਧ ਰਿਹਾ ਹੈ ਤੇ ਇਹ ਅੱਜ ਜਾਂ ਕੱਲ ਯਾਨੀ ਕਿ ਐਤਵਾਰ ਜਾਂ ਸੋਮਵਾਰ ਨੂੰ ਧਰਤੀ ਦੇ ਨਾਲ ਖਹਿ ਜਾਏਗਾ spaceweather.com ਦੀ ਰਿਪੋਰਟ ਚ ਦਾਵਾ ਕੀਤਾ ਗਿਆ ਹੈ ਕਿ ਇਹ ਤੂਫਾਨ ਸੂਰਜ ਦੇ ਵਾਯੂ ਮੰਡਲ ਤੋਂ ਆਇਆ ਹੈ ਇਹ ਧਰਤੀ ਦੇ ਚੁੰਬਕੀ ਖੇਤਰ ਤੇ ਬਹੁਤ ਹੀ ਖਾਸ ਪ੍ਰਭਾਵ ਪਾਏਗਾ ਤੇ ਸੂਰਜੀ ਤੂਫਾਨ ਕਾਰਨ ਧਰਤੀ ਦਾ ਬਾਹਰੀ ਵਾਤਾਵਰਣ ਗਰਮ ਹੋ ਸਕਦਾ ਹੈ ਜਿਸ ਦਾ ਸਿੱਧਾ ਸੈਟਲਾਈਟ ਤੇ ਅਸਰ ਪੈ ਸਕਦਾ ਹੈ ਇਹਦੇ ਨਾਲ ਜੀਪੀਐਸ ਨੈਵੀਗੇਸ਼ਨ ਮੋਬਾਈਲ ਫੋਨ ਸਿਗਨਲ ਤੇ ਸੈਟਲਾਈਟ ਟੀਵੀ ਪ੍ਰਭਾਵਿਤ ਹੋ ਸਕਦੇ ਨੇ ਹੋ ਸਕਦਾ ਹੈ ਕਿ ਇਹਦੇ ਨਾਲ ਬਿਜਲੀ ਦੀਆਂ ਤਾਰਾਂ 'ਚ ਕਰੰਟ ਵਧ ਜਾਵੇ ਤੇ ਟਰਾਂਸਫਾਰਮਰ ਵੀ ਉੱਡ ਜਾਣ ਤੇ ਇਸ ਬਾਰੇ ਅਸੀਂ ਵੱਖਰੀ ਰਿਪੋਰਟ ਦੇ ਵਿੱਚ ਜਾਣਕਾਰੀ ਦੇਵਾਂਗੇ ਪੰਜਾਬ ਦੀਆਂ ਖਾਸ ਖਬਰਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਤੋਂ ਪੰਜਾਬ ਦੇ ਵਿੱਚ ਡਾਕਟਰਾਂ ਦੀ ਹੜਤਾਲ ਸ਼ੁਰੂ ਹੈ ਸਰਕਾਰੀ ਡਾਕਟਰਾਂ ਨੇ 12 13 ਤੇ 14 ਜੁਲਾਈ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ ਕਿਉਂਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਡਾਕਟਰ ਨਰਾਜ਼ ਨੇ ਪੰਜਾਬ ਦੀਆਂ ਜਿਹੜੀਆਂ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੋਂ ਤੇ ਡਾਕਟਰ ਚਾਹੁੰਦੇ ਨੇ ਕਿ ਸਰਕਾਰ ਹੈ ਜਿਹੜਾ ਉਹ ਉਹਨਾਂ ਦੇ ਉਲਝੇ ਮਸਲੇ ਦਾ ਹੱਲ ਕਰੇ ਡਾਕਟਰਾਂ ਦੇ ਵੱਲੋਂ ਸਰਕਾਰੀ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਸੇਵਾਵਾਂ ਕੋਵਿਡ ਸੇਵਾਵਾਂ ਤੋਂ ਇਲਾਵਾ ਬਾਕੀ ਸਾਰੀਆਂ ਜਿਹੜੀਆਂ ਸਹੂਲਤਾਂ ਨੇ ਉਹ ਬੰਦ ਰੱਖੀਆਂ ਜਾਣਗੀਆਂ ਬਾਕੀ ਸੇਵਾਵਾਂ ਬੰਦ ਰੱਖੀਆਂ ਜਾਣਗੀਆਂ 18 ਜੁਲਾਈ ਤੱਕ ਦਾ ਅਲਟੀਮੇਟਮ ਦਿੱਤਾ ਹੈ ਜੇ 18 ਜੁਲਾਈ ਨੂੰ ਡਾਕਟਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਡਾਕਟਰ 19 ਜੁਲਾਈ ਤੋਂ ਹੜਤਾਲ ਅਣਮਿੱਥੇ ਸਮੇਂ ਵਾਲੀ ਹੁੰਦੀ ਹੈ ਜਿਹੜੀ ਉਸ ਤੇ ਚਲੇ ਜਾਣਗੇ ਪੰਜਾਬ ਦੇ ਬਿਜਲੀ ਸੰਕਟ ਦੀ ਗੱਲ ਕਰ ਲਈਏ ਤਾਂ ਕਾਫੀ ਲੰਬੀ ਉਡੀਕ ਤੋਂ ਬਾਅਦ ਪੰਜਾਬ ਪਹੁੰਚਿਆ ਮੌਨਸੂਨ ਥੋੜੀ ਰਾਹਤ ਲੈ ਕੇ ਆਇਆ ਹੈ ਸ਼ਨੀਵਾਰ ਨੂੰ ਜਿੱਥੇ ਤਾਪਮਾਨ ਵਿੱਚ 7 ਡਿਗਰੀ ਦੀ ਗਿਰਾਵਟ ਆਈ ਉੱਥੇ ਹੀ ਐਲਾਨੇ ਤੇ ਅਣ ਐਲਾਨੇ ਬਿਜਲੀ ਕਟਾਂ ਦੀ ਪੰਜਾਬ ਦੇ ਵਿੱਚ ਕਮੀ ਆਈ ਪਾਵਰ ਕਮ ਕੁਈ ਸੁੱਖ ਦਾ ਸਾਹ ਆਇਆ ਥੋੜਾ ਜਿਹਾ ਚੈਨ ਜ਼ਰੂਰ ਮਿਲਿਆ ਕਿਉਂਕਿ ਅੰਮ੍ਰਿਤਸਰ ਬਠਿੰਡਾ ਫਰੀਦਕੋਟ ਜਲੰਧਰ ਪਟਿਆਲਾ ਲੁਧਿਆਣਾ ਬਠਿੰਡਾ ਤੇ ਕਪੂਰਥਲਾ ਸਮੇਤ 9 ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀਆਂ ਖਬਰਾਂ ਨੇ ਪਾਣੀ ਦੀ ਘਾਟ ਕਾਰਨ ਜਿਹੜਾ ਰਣਜੀਤ ਸਾਗਰ ਡੈਮ ਦਾ 150 ਮੈਗਾਵਾਟ ਦਾ ਯੂਨਿਟ ਬੰਦ ਹੋਇਆ ਸੀ ਉਹ ਵੀ ਚਾਲੂ ਹੋ ਗਿਆ ਬਿਜਲੀ ਦੀ ਮੰਗ ਤੇ ਸਪਲਾਈ ਵਿੱਚ ਹਾਲੇ ਤਕਰੀਬਨ 2000 ਮੈਗਾਵਾਟ ਦਾ ਪਾੜਾ ਬਾਕੀ ਹੈ ਸ਼ਨੀਵਾਰ ਨੂੰ ਪਾਵਰਕਾਮ ਨੇ ਐਕਸਚੇਂਜ ਤੋਂ 7948 ਮੈਗਾਵਾਟ ਬਿਜਲੀ ਹਾਸਲ ਕੀਤੀ ਸਰਕਾਰੀ ਦਫ਼ਤਰਾਂ ਵਿੱਚ ਛੁੱਟੀਆਂ ਤੇ ਮੀਂਹ ਦੇ ਬਾਵਜੂਦ 1252 ਮੈਗਾਵਾਟ ਬਣੀ ਹੋਈ ਹੈ ਪਾਵਰ ਕਾਮ ਨੇ ਵੱਡੇ ਉਦਯੋਗਾਂ ਨੂੰ ਫਿਲਹਾਲ 10% ਸਮਰੱਥਾ ਨਾਲ ਹੀ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ ਪਰ ਬਿਜਲੀ ਦੀ ਡਿਮਾਂਡ ਘਟਣ ਤੇ ਇੰਡਸਟਰੀਆਂ ਨੂੰ ਰਾਹਤ ਜ਼ਰੂਰ ਮਿਲੇਗੀ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਯੂਨਿਟ ਨੰਬਰ 1 ਸੋਮਵਾਰ ਤੋਂ ਚਾਲੂ ਹੋਣ ਦੀ ਸੰਭਾਵਨਾ ਹੈ ਯੂਨਿਟ ਵਿੱਚਲੇ ਨੁਕਸ ਨੂੰ ਦੂਰ ਕਰਨ ਵਿੱਚ ਲੱਗੇ ਇੰਜੀਨੀਅਰਾਂ ਦਾ ਕਹਿਣਾ ਹੈ ਕਿ 1-2 ਦਿਨਾਂ ਵਿੱਚ ਇਸ ਯੂਨਿਟ ਤੋਂ ਬਿਜਲੀ ਉਤਪਾਦਨ ਸ਼ੁਰੂ ਹੋ ਜਾਏਗਾ ਸ਼ਨੀਵਾਰ ਨੂੰ ਪੂਰੇ ਸੂਬੇ ਦੇ ਵਿੱਚ ਬਿਜਲੀ ਦੀਆਂ 46509 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਤੇ ਸ਼ਨੀਵਾਰ ਸ਼ਾਮ 6:30 ਵਜੇ ਤੱਕ 447 ਸ਼ਿਕਾਇਤਾਂ ਹਜੇ ਪੈਂਡਿੰਗ ਪਈਆਂ ਸੀ ਇਸੇ ਦਰਮਿਆਨ ਬਿਜਲੀ ਨਿਗਮ ਨੇ ਇੰਡਸਟਰੀ ਦੀਆਂ ਪਾਬੰਦੀਆਂ 15 ਜੁਲਾਈ ਤੱਕ ਵਧਾ ਆ ਦਿੱਤੀਆਂ ਨੇ ਯਾਨੀ ਕਿ ਬਿਜਲੀ ਨਿਗਮ ਦੇ ਮੁਤਾਬਿਕ ਜਨਰਲ ਇੰਡਸਟਰੀ ਖਪਤਕਾਰ ਜਿਨ੍ਹਾਂ ਨੂੰ ਕੈਟਾਗਰੀ 1 2 ਤੇ 3 ਫੀਡਰਾਂ ਤੋਂ ਬਿਜਲੀ ਹਾਸਲ ਹੁੰਦੀ ਹੈ ਉਹਨਾਂ ਦੀਆਂ ਪਾਬੰਦੀਆਂ 11 ਜੁਲਾਈ ਸਵੇਰੇ 8 ਵਜੇ ਤੋਂ 15 ਜੁਲਾਈ ਸਵੇਰੇ 8 ਵਜੇ ਤੱਕ ਹੁਣ ਜਾਰੀ ਰਹਿਣਗੀਆਂ ਨਿਗਮ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸੂਬੇ ਦੇ ਉਦਯੋਗਿਕ ਖਪਤਕਾਰਾਂ ਦੀ ਲਗਾਤਾਰ ਮੰਗ ਨੂੰ ਧਿਆਨ ਚ ਰੱਖਦੇ ਹਾਂ ਪੀਐਸ ਪੀਸੀਐਲ ਨੇ ਜੁਲਾਈ 2021 ਤੋਂ ਪ੍ਰਭਾਵਿਤ 1000 ਕੇਵੀਏ ਤੱਕ ਦੇ ਠੇਕੇ ਦੀ ਮੰਗ ਨੂੰ ਮਨਜ਼ੂਰੀ ਦੇਣ ਵਾਲੇ ਜਨਰਲ ਸ਼੍ਰੇਣੀ ਦੇ ਐਲਐਸ ਉਪਭੋਗਤਾਵਾਂ ਉੱਤੇ ਬਿਜਲੀ ਨਿਯਮਤ ਉਪਾਅ ਉਪਾਅ ਦੇ ਵਿੱਚ ਢਿੱਲ ਦਿੱਤੀ ਹੈ ਉਦਯੋਗਿਕ ਖਪਤਕਾਰਾਂ ਨੂੰ ਹੁਣ 100 ਕੇਵੀਏ ਤੱਕ ਲੋਡ ਚਲਾਉਣ ਦੀ ਆਗਿਆ ਦੇ ਦਿੱਤੀ ਗਈ ਹੈ ਜਦਕਿ ਪਹਿਲਾਂ ਦਿੱਤੀ ਛੋਟ ਸੀਮਾ ਸਿਰਫ 50 ਕੇਵੀਏ ਤੱਕ ਸੀ ਇਹਦੇ ਨਾਲ ਬਿਜਲੀ ਨਿਗਮ ਸਿਸਟਮ ਤੇ ਭਾਰ ਲਗਭਗ 600 ਮੈਗਾਵਾਟ ਵਧੇਗਾ ਸੀਐਮਡੀਏ ਵੀ ਨੂੰ ਪ੍ਰਸਾਦ ਦੇ ਮੁਤਾਬਿਕ ਬਿਜਲੀ ਨਿਗਮ ਨੇ 3 ਰੁਪਏ 8 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ 11 ਜੁਲਾਈ 2021 ਲਈ 752 ਮੈਗਾਵਾਟ ਬਿਜਲੀ ਖਰੀਦਣ ਦਾ ਪ੍ਰਬੰਧ ਕੀਤਾ ਵੈਨੂ ਪ੍ਰਸਾਦ ਨੇ ਇਹ ਵੀ ਦਾਵਾ ਕੀਤਾ ਹੈ ਕਿ ਅਸੀਂ ਖੇਤੀ ਖੇਤਰ ਨੂੰ ਤਕਰੀਬਨ 8 ਘੰਟੇ ਬਿਜਲੀ ਸਪਲਾਈ ਦਿੱਤੀ ਹੈ ਲੁਧਿਆਣਾ ਤੋਂ ਵੀ ਖਬਰ ਮਿਲੀ ਜਿੱਥੇ ਬਿਜਲੀ ਕਟ ਤੋਂ ਨਰਾਜ਼ ਫੈਕਟਰੀ ਚਾਲਕਾਂ ਨੇ ਪੰਜਾਬ ਸਰਕਾਰ ਦਾ ਪਤਲਾ ਸਾੜ ਕੇ ਪ੍ਰਦਰਸ਼ਨ ਕੀਤਾ ਕਿਉਂਕਿ ਲਗਾਤਾਰ ਰੋਕ ਹੈ ਜਿਹੜੀ ਵਿਧਾਈ ਜਾ ਰਹੀ ਹੈ ਇੰਡਸਟਰੀਆਂ ਦੇ ਉੱਤੇ ਕਿ ਉਹਨਾਂ ਨੂੰ ਬਿਜਲੀ ਸਪਲਾਈ ਨਹੀਂ ਦਿੱਤੀ ਜਾਏਗੀ ਕੰਮ ਪ੍ਰਭਾਵਿਤ ਹੋ ਰਿਹਾ ਹੈ ਕੰਮ ਕਰਨ ਵਾਲੇ ਵੀ ਪ੍ਰਭਾਵਿਤ ਹੋ ਰਹੇ ਨੇ ਤੇ ਪੰਜਾਬ ਦੇ ਬਿਜਲੀ ਸੰਕਟ ਤੇ ਕੇਂਦਰੀ ਊਰਜਾ ਮੰਤਰੀ ਆਰ ਕੇ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਇਹਦੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਕਿ ਆ ਕਿ ਸਾਡੇ ਕੋਲ ਸਰਪਲਸ ਪਾਵਰ ਹੈ ਪੰਜਾਬ ਕੋਲ ਬਿਜਲੀ ਲੈਣ ਦੀ ਸਮਰੱਥਾ ਹੀ ਨਹੀਂ ਹੈ ਪੰਜਾਬ ਸਰਕਾਰ ਨੇ ਬਿਜਲੀ ਵੰਡ ਦੇ ਸਿਸਟਮ ਨੂੰ ਅਪਗ੍ਰੇਡ ਕਰਨ ਤੇ ਨ ਦਿੱਤਾ ਕਹਿੰਦੇ ਬਿਜਲੀ ਸੰਕਟ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਹਾਲੇ ਤੱਕ ਮੇਰੇ ਨਾਲ ਕੋਈ ਗੱਲ ਹੀ ਨਹੀਂ ਕੀਤੀ ਕਾਂਗਰਸ ਵਿਧਾਇਕ ਨਵਦੇਜ ਸਿੰਘ ਜੀਮਾ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਇਹ ਬੀਜੇਪੀ ਵਾਲਿਆਂ ਨੇ ਪੰਜਾਬ ਨੂੰ ਬਹੁਤ ਖਰਾਬ ਕੀਤਾ ਹੈ ਆਰਕੇ ਸਿੰਘ ਨੂੰ ਜਵਾਬ ਦਿੰਦੇ ਉਹਨਾਂ ਨੇ ਕਿਹਾ ਕਹਿੰਦੇ ਪੰਜਾਬ ਨਾਲ ਕੇਂਦਰ ਕਾਣੀਵੰਡ ਕਰ ਰਿਹਾ ਹੈ ਜਾਣਬੁੱਝ ਕੇ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਮੁੱਖ ਮੰਤਰੀ ਨੇ ਸਮੇਂ-ਸਮੇਂ ਤੇ ਕੇਂਦਰ ਨੂੰ ਚਿੱਠੀਆਂ ਲਿਖੀਆਂ ਨੇ ਕਹਿੰਦੇ ਝੋਨੇ ਦੇ ਸੀਜ਼ਨ ਵੇਲੇ ਵੀ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਪਰੇਸ਼ਾਨ ਹੀ ਕਰਨਾ ਹੁੰਦਾ ਤੇ ਪੰਜਾਬ ਦੇ ਬਿਜਲੀ ਸੰਕਟ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਲੀਡਰ ਪਰਮਿੰਦਰ ਸਿੰਘ ਢੀਮਸਾ ਨੇ ਵੀ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਉਹਨਾਂ ਕਿਹਾ ਕਿ ਬਿਜਲੀ ਸਮਝੌਤਿਆਂ ਨੂੰ ਰੱਦ ਕਰਨਾ ਇੰਨਾ ਸੌਖਾ ਹੁਣ ਨਹੀਂ ਹੈ ਅਕਾਲੀਆਂ ਦੇ ਵੇਲੇ ਜਿਹੜੇ ਬਿਜਲੀ ਸਮਝੌਤੇ ਹੋਏ ਸੀ ਉਹਨਾਂ ਦੇ ਵਿੱਚ ਕਾਫੀ ਕਮੀਆਂ ਨੇ ਇਹ ਕਹਿਣਾ ਪਰਮਿੰਦਰ ਢੀਮਸਾ ਦਾ ਕਿਸਾਨਾਂ ਦੇ ਹੱਕ ਵਿੱਚ ਬੋਲਣ ਕਰਕੇ 6 ਸਾਲਾਂ ਦੇ ਲਈ ਬੀਜੇਪੀ ਚੋ ਸਸਪੈਂਡ ਕੀਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਮੇਰੇ ਲਈ ਪਾਰਟੀ ਚੋਂ ਕੱਢਿਆ ਜਾਣਾ ਸਜ਼ਾ ਨਹੀਂ ਹੈ ਸਗੋਂ ਇੱਕ 골ਡ ਮੈਡਲ ਹੈ ਜੇ ਕਿਸਾਨ ਆਗਿਆ ਦੇਣਗੇ ਤਾਂ ਮੈਂ ਉਹਨਾਂ ਕੋਲ ਉੱਥੇ ਜਾਵਾਂਗਾ ਮੋਰਚਿਆਂ ਵਿੱਚ ਜਾਵਾਂਗਾ ਕਿਉਂਕਿ ਹੁਣ ਮੈਂ ਕਿਸੇ ਵੀ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ ਅਨਿਲ ਜੋਸ਼ੀ ਨੇ ਬਾਕਾਇਦਾ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦੀ ਇਸ ਕਾਰਵਾਈ ਬਾਰੇ ਗੱਲ ਕੀਤੀ ਹੈ ਕਈ ਖੁਲਾਸੇ ਵੀ ਕੀਤੇ ਨੇ ਜੋਸ਼ੀ ਨੇ ਕਿਹਾ ਪੰਜਾਬ ਦੀ ਗੱਲ ਕਰਨਾ ਮੇਰਾ ਧਰਮ ਹੈ ਪੰਜਾਬ ਐਗਰੀਕਲਚਰ ਸਟੇਟ ਹੈ ਪਰ ਪੰਜਾਬ ਚ ਕੋਈ ਇੰਡਸਟਰੀ ਨਹੀਂ ਹੈ ਤੇ ਕਿਸਾਨਾਂ ਦੇ ਹੱਕ ਚ ਨਾਰਾ ਲਾਉਣਾ ਗਲਤ ਗੱਲ ਨਹੀਂ ਹੈ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਕਹਿੰਦੇ ਪੰਜਾਬ ਚ ਕਿਸਾਨ ਅੰਦੋਲਨ ਸ਼ੁਰੂ ਹੋਇਆ ਤੇ ਇਸ ਵੇਲੇ ਪੂਰੇ ਦੇਸ਼ ਵਿੱਚ ਅੰਦੋਲਨ ਨੂੰ ਸਮਰਥਨ ਮਿਲ ਰਿਹਾ ਹੈ ਸਮੇਂ ਸਿਰ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਤਾਂ ਸਥਿਤੀ ਅਜਿਹੀ ਨਹੀਂ ਆਉਣੀ ਸੀ ਭਾਜਪਾ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ ਪਾਰਟੀਆਂ ਤੋਂ ਇਲਾਵਾ ਛੋਟੀਆਂ ਵੱਡੀਆਂ ਸੰਸਥਾਵਾਂ ਵੀ ਕਿਸਾਨਾਂ ਦੇ ਨਾਲ ਖੜੀਆਂ ਨੇ ਤੇ ਭਾਜਪਾ ਦੇ ਵੀ 90% ਵਰਕਰ ਚਾਹੁੰਦੇ ਨੇ ਕਿ ਕਿਸਾਨਾਂ ਦੇ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ ਇਹ ਵੱਡੀ ਗੱਲ ਉਹਨਾਂ ਨੇ ਕੀਤੀ ਹੈ ਕਿ ਹੈ ਕਿ ਪੰਜਾਬ ਬੀਜੇਪੀ ਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਸੀ ਕਿ ਮੈਂ ਤਾਂ ਕਿਸਾਨਾਂ ਦੇ ਹੱਕ ਵਿੱਚ ਨਾ ਆਹਾ ਦਾ ਨਾਰਾ ਮਾਰਿਆ ਸੀ ਪੰਜਾਬ ਬੀਜੇਪੀ ਨੇ ਕੇਂਦਰ ਸਰਕਾਰ ਨੂੰ ਧੋਖੇ ਵਿੱਚ ਰੱਖਿਆ ਹੋਇਆ ਤੇ ਪੰਜਾਬ ਬੀਜੇਪੀ ਦਾ ਪ੍ਰਧਾਨ ਸਿਰਫ ਆਪਣੀ ਕੁਰਸੀ ਬਚਾਉਣ ਦੀ ਫਰਾਕ ਵਿੱਚ ਹੈ ਮ्युनਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦਾ ਜ਼ਿਕਰ ਕਰਦਿਆਂ ਵੀ ਜੋਸ਼ੀ ਨੇ ਕਿਹਾ ਕਿ ਡੇਢ ਫੀਸ ਦੀ ਵੋਟ ਵੀ ਪੰਜਾਬ ਬੀਜੇਪੀ ਨੂੰ ਇਹਨਾਂ ਚੋਣਾਂ ਦੇ ਵਿੱਚ ਨਹੀਂ ਪਈ ਤੇ ਪਾਰਟੀ ਬਹੁਤ ਵੱਡੇ ਭੁਲੇਖੇ ਵਿੱਚ ਹੈ। ਪਾਰਟੀ ਨੇ ਤਾਂ ਪੰਜਾਬ ਦੇ ਵਿੱਚ ਆਪਣੇ ਆਲੇ ਦੁਆਲੇ ਝੂਠ ਦੀ ਦੁਨੀਆ ਵਸਾ ਲਈ ਹੈ। ਮੋਦੀ ਸਾਹਿਬ ਦੀ ਸਰਕਾਰ ਤਾਂ ਬਹੁਤ ਚੰਗੀ ਤਰ੍ਹਾਂ ਚੱਲ ਰਹੀ ਸੀ ਪੰਜਾਬ ਬੀਜੇਪੀ ਨੇ ਉਹਨਾਂ ਦੀ ਕਿਰਕਰੀ ਕਰਵਾਈ ਹੈ। ਕਹਿੰਦੇ ਮੈਂ ਮਿੱਟੀ ਨਾਲ ਮਿੱਟੀ ਹੋ ਕੇ ਪਾਰਟੀ ਲਈ ਕੰਮ ਕੀਤਾ ਪਰ ਪੰਜਾਬ ਬੀਜੇਪੀ ਨੂੰ ਸਿਰਫ ਚਾਪਲੂਸ ਚਾਹੀਦੇ ਨੇ। ਹੁਣ ਅੱਗੇ ਜੋਸ਼ੀ ਕੀ ਕਰਨਗੇ? ਜੋਸ਼ੀ ਨੇ ਕਿਹਾ ਕਿ ਮੈਂ ਸਿਆਸੀ ਤੌਰ ਤੇ ਕੀ ਕਰਾਂਗਾ ਇਸ ਬਾਰੇ ਨਹੀਂ ਸੋਚਿਆ ਹਾਲਾਂਕਿ ਮੈਨੂੰ ਫ ਨੇ ਤੇ ਉਂਝ ਵੀ ਚੋਣਾ ਨੂੰ ਹਾਲੇ ਸਮਾ ਪਿਆ। ਖੇਤੀ ਕਾਨੂੰਨਾਂ ਬਾਰੇ ਜੋਸ਼ੀ ਨੇ ਕਿਹਾ ਕਿ ਬਿਨਾਂ ਤਿਆਰੀਏ ਕਾਨੂੰਨ ਜਲਦਬਾਜ਼ੀ ਵਿੱਚ ਤਿਆਰ ਹੋਏ ਨੇ ਤੇ ਹੁਣ ਜੇ ਗੱਲ ਅੜ ਗਈ ਹੈ ਤਾਂ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ। ਵੱਡੀਆਂ-ਵੱਡੀਆਂ ਲੜਾਈਆਂ ਦਾ ਹੱਲ ਵੀ ਟੇਬਲ ਤੇ ਹੋ ਜਾਂਦਾ ਹੈ। ਇਹ ਕੋਈ ਪੱਟੀ ਗੱਲ ਨਹੀਂ ਹੈ। ਐਤਵਾਰ ਦਾ ਦਿਨ ਕਿਸਾਨਾਂ ਤੇ ਭਾਜਪਾ ਲੀਡਰਾਂ ਤੇ ਵਰਕਰਾਂ ਦੇ ਵਿਚਾਲੇ ਕਾਫੀ ਜਦੋ-ਜਹਿਦ ਵਾਲਾ ਰਿਹਾ। ਰਾਜਪੁਰਾ ਦੇ ਵਿੱਚ ਭਾਜਪਾ ਲੀਡਰਾਂ ਦੇ ਨਾਲ ਧੱਕਾ ਮੁਕੀ ਹੋਈ। ਹਰਿਆਣਾ ਦੇ ਵਿੱਚ ਵੀ ਕਈ ਥਾਈਂ ਝੜਪਾਂ ਹੋਈਆਂ। ਕਿਸਾਨਾਂ ਨੇ ਭਾਜਪਾ ਲੀਡਰਾਂ ਨੂੰ ਕਈ ਥਾਈਂ ਕਿਹਾ ਇਸ ਦੌਰਾਨ ਕਿਸਾਨਾਂ ਤੇ ਪੁਲ ਸਭ ਤੋਂ ਪਹਿਲਾਂ ਰਾਜਪੁਰਾ ਦੀ ਗੱਲ ਤੁਹਾਨੂੰ ਦੱਸਦੇ ਆਂ ਜਿੱਥੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਭੁਪੇਸ਼ ਅਗਰਵਾਲ ਆਪਣੇ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਸੀ ਜਿਸ ਵਿੱਚ ਉਹਨਾਂ ਨੇ ਟੀਮ ਦਾ ਗਠਨ ਕਰਨਾ ਸੀ ਪਰ ਜਿਵੇਂ ਹੀ ਕਿਸਾਨਾਂ ਨੂੰ ਪਤਾ ਲੱਗਿਆ ਕਿਸਾਨ ਉੱਥੇ ਕਾਲੇ ਝੰਡੇ ਲੈ ਕੇ ਪਹੁੰਚ ਗਏ ਬੀਜੇਪੀ ਲੀਡਰ ਦੇ ਗਨਮੈਨ ਨੇ ਕਿਸਾਨ ਲੀਡਰਾਂ ਨੂੰ ਪਿਸਤੌਲ ਦਿਖਾ ਕੇ ਡਰਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਹੀ ਕਿਸਾਨਾਂ ਨੇ ਵਿਰੋਧ ਕੀਤਾ ਨਾਰੇਬਾਜ਼ੀ ਸ਼ੁਰੂ ਕੀਤੀ ਉਸ ਤੋਂ ਬਾਅਦ ਕਿਸਾਨਾਂ ਨੇ ਨਾਰੇਬਾਜ਼ੀ ਤਿੱਖੀ ਕਰ ਦਿੱਤੀ ਕਿਸਾਨ ਲੀਡਰਾਂ ਨੇ ਕਿਹਾ ਵਰਕਰਾਂ ਨੇ ਕਿਹਾ ਕਿ ਬੀਜੇਪੀ ਲੀਡਰ ਦੇ ਕਹਿਣ ਤੇ ਗਨਮੈਨ ਨੇ ਸਾਨੂੰ ਕੰਕੀਆਂ ਦਿੱਤੀਆਂ ਜਦ ਕਿ ਬਦਲੇ ਦੇ ਵਿੱਚ ਅਗਰਵਾਲ ਕਹਿ ਰਹੇ ਨੇ ਕਿ ਮੈਨੂੰ 500 ਕਿਸਾਨਾਂ ਨੇ ਕੁੱਟਿਆ ਮੇਰੇ ਨਾਲ ਕੋਈ ਫੋਰਸ ਨਹੀਂ ਆਈ ਮੇਰੀ ਜਾਨ ਖਤਰੇ ਵਿੱਚ ਹੈ ਐਸਐਚ ਨੂੰ 25 ਫੋਨ ਕੀਤੇ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਕਹਿੰਦੇ ਸਾਨੂੰ ਬੀਜੇਪੀ ਦੇ ਬੰਦਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਿਰੋਧ ਤੋਂ ਬਾਅਦ ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਨਿੰਦਾ ਕਰਦਿਆਂ ਕਿਹਾ ਹੈ ਕਿ ਇਹ ਲੋਕਤੰਤਰ ਦਾ ਕਤਲ ਹੈ ਇਹਨਾਂ ਚੀਜ਼ਾਂ ਦੀ ਨਿੰਦਾ ਹੋਣੀ ਚਾਹੀਦੀ ਹੈ ਜੇ ਅਸੀਂ ਨਿੰਦਾ ਨਹੀਂ ਕਰਾਂਗੇ ਤਾਂ ਪੰਜਾਬ ਦੇ ਹਾਲਾਤ ਖਰਾਬ ਹੋਣਗੇ ਪੁਲਿਸ ਕੋਈ ਮੁਕਦਮਾ ਦਰਜ ਨਹੀਂ ਕਰਦੀ ਨਾ ਹੀ ਵਿਰੋਧ ਕਰਨ ਆਉਂਦੇ ਕਿਸਾਨਾਂ ਤੇ ਕੋਈ ਲਾਠੀ ਚਾਰਜ ਮੁਆਮਲਾ ਹੈ ਕਿ ਸਾਰਾ ਕੁਝ ਕੈਪਟਨ ਦੇ ਕਹਿਣ ਤੇ ਹੋ ਰਿਹਾ ਹੈ ਤੇ ਅਸੀਂ ਇਸ ਮੁੱਦੇ ਨੂੰ ਹਰ ਪੱਧਰ ਤੇ ਚੁੱਕਾਂਗੇ ਹੁਣ ਤੁਹਾਨੂੰ ਲੈ ਚਲਦੇ ਹਾਂ ਹਰਿਆਣਾ ਜਿੱਥੇ ਸਿਰਸਾ ਅਤੇ ਫਤਿਹਪੁਰਬਾਦ ਦੇ ਵਿੱਚ ਬੀਜੇਪੀ ਲੀਡਰਾਂ ਨੂੰ ਕਿਸਾਨਾਂ ਨੇ ਬੈਠਕਾਂ ਦੇ ਵਿੱਚੋਂ ਭਜਾ ਦਿੱਤਾ ਤੇ ਪੁਲਿਸ ਦੇ ਬੈਰੀਕੇਡ ਵੀ ਤੋੜ ਦਿੱਤੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਵੀਰ ਸਿੰਘ ਗੰਗਵਾ ਤੇ ਸਿਰਸਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਨੂੰ ਕਾਲੇ ਝੰਡੇ ਦਿਖਾਉਣ ਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਕਈ ਕਿਸਾਨ ਪੁਲਿਸ ਨੇ ਹਿਰਾਸਤ ਵਿੱਚ ਵੀ ਲਈ ਤੇ ਇਹ ਦੋਵੇਂ ਬੀਜੇਪੀ ਦੇ ਲੀਡਰ ਚੌਧਰੀ ਦੇਵੀ ਲਾਲ ਯੂਨੀਵਰਸਿ ਹਲੀ ਪਹੁੰਚੇ ਸੀ ਜਿਵੇਂ ਹੀ ਕਿਸਾਨਾਂ ਨੂੰ ਭਿੰਨਕ ਪਈ ਯੂਨੀਵਰਸਿਟੀ ਦੇ ਗੇਟਾਂ ਤੇ ਪਹੁੰਚਣੇ ਸ਼ੁਰੂ ਹੋ ਗਏ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਇੰਤਜ਼ਾਮਾਂ ਦੇ ਬਾਵਜੂਦ ਕਈ ਕਿਸਾਨ ਬੈਰੀਕੇਡ ਤੋੜ ਕੇ ਯੂਨੀਵਰਸਿਟੀ ਦੇ ਅੰਦਰ ਦਾਖਲ ਹੋ ਗਏ ਯੂਨੀਵਰਸਿਟੀ ਦੇ ਅੰਦਰੋਂ ਪੁਲਿਸ ਨੇ ਇੱਕ ਦਰਜਨ ਤੋਂ ਵਿਧੇਰੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਜਿਨ੍ਹਾਂ ਦੀ ਰਿਹਾਈ ਲਈ ਕਿਸਾਨਾਂ ਨੇ ਯੂਨੀਵਰਸਿਟੀ ਦੇ ਗੇਟਾਂ ਦੇ ਉੱਤੇ ਧਰਨੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਕਿਸਾਨ ਕਈ ਵਾਰੀ ਪੁਲਿਸ ਵੱਲੋਂ ਲਾਈਆਂ ਗਈਆਂ ਰੋਕਾਂ ਨੂੰ ਤੋੜਦੇ ਹੋਏ ਕਈ ਵਾਰੀ ਯੂਨੀਵਰਸਿਟੀ ਦੇ ਅੰਦਰ ਦਾਖਲ ਹੁੰਦੇ ਰਹੇ ਪੁਲਿਸ ਇਨਾਂ ਨੂੰ ਹਿਰਾਸਤ ਦੇ ਵਿੱਚ ਲੈਂਦੀ ਰਹੀ ਸਾਰਾ ਦਿਨ ਕਿਸਾਨਾਂ ਤੇ ਪੁਲਿਸ ਵਿਚਾਲੇ ਧੱਕਾਮੁਖੀ ਚੱਲਦੀ ਰਹੀ ਕਈ ਕਿਸਾਨਾਂ ਦੇ ਕੱਪੜੇ ਵੀ ਪਾਟੇ ਦੇਖੇ ਦੇਖੇ ਗਏ ਪੁਲਿਸ ਨੇ ਕਿਸਾਨਾਂ ਵੱਲੋਂ ਧਰਨੇ ਲਈ ਲਾਇਆ ਗਿਆ ਟੈਂਟ ਵੀ ਪੱਟ ਦਿੱਤਾ ਤੇ ਇਸੇ ਤਰ੍ਹਾਂ ਹਰਿਆਣਾ ਦੇ ਫਤਿਹਪੁਰਬਾਦ ਵਿੱਚ ਕਿਸਾਨ ਬੀਜੇਪੀ ਦਫ਼ਤਰ ਦੇ ਕੰਦ ਤੇ ਚੜ ਗਏ ਤੇ ਉਹਨਾਂ ਦੇ ਪੋਸਟਰ ਪਾੜ ਦਿੱਤੇ ਇੱਥੇ ਵੀ ਲੋਕ ਸਭਾ ਮੈਂਬਰ ਸੁਨੀਤਾ ਦੁੱਗਲ ਨੇ ਪਹੁੰਚਣਾ ਸੀ ਪਰ ਹੰਗਾਮੇ ਕਰਕੇ ਪਹੁੰਚ ਨਹੀਂ ਸਕੇ ਘਟਨਾ ਤੋਂ ਬਾਅਦ ਪੁਲਿਸ ਨੇ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਗਵਾਂਡੀ ਜ਼ਿਲ੍ਹਿਆਂ ਤੋਂ ਵੀ ਪੁਲਿਸ ਫੋਰਸ ਫਤਿਹਪ ਲੀਡਰ ਗੁਰਨਾਮ ਸਿੰਘ ਚੜੂਨੀ ਗੁਰਦਾਸਪੁਰ ਦੇ ਵਿੱਚ ਪਹੁੰਚੇ ਹੋਏ ਸੀ ਗੁਰਦਾਸਪੁਰ ਪਹੁੰਚੇ ਚੜੂਨੀ ਨੇ ਇੱਕ ਵਾਰੀ ਫਿਰ ਪੰਜਾਬ ਚੋਣਾਂ ਦੇ ਵਿੱਚ ਕਿਸਾਨਾਂ ਨੂੰ ਨਿਤਰਣ ਵਾਲੀ ਗੱਲ ਕੀਤੀ ਹੈ ਚੜੂਨੀ ਨੇ ਕਿਹਾ ਕਿ ਸਾਡੇ ਵਿਚਾਲੇ ਬਹੁਤ ਕਾਬਲ ਲੋਕ ਨੇ ਮੌਜੂਦਾ ਵਿਵਸਥਾ ਨੂੰ ਬਦਲ ਕੇ ਪੰਜਾਬ ਨੂੰ ਮਾਡਰਨ ਬਣਾਉਣਾ ਚਾਹੀਦਾ ਹੈ ਚੜੂਨੀ ਨੇ ਪਹਿਲਾਂ ਵੀ ਚੋਣਾਂ ਨੂੰ ਲੈ ਕੇ ਬਿਆਨ ਦਿੱਤਾ ਸੀ ਪਰ ਸੰਯੁਕਤ ਕਿਸਾਨ ਮੋਰਚੇ ਨੇ ਚੜੂਨੀ ਦੇ ਬਿਆਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਸੀ ਸੰਯੁਕਤ ਕਿਸਾਨ ਮੋਰਚੇ ਨੇ ਜਾਣਕਾਰੀ ਦਿੱਤੀ ਹੈ ਕਿ ਬਰਨਾਲਾ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਧਰਨਾ ਦਿੱਤਾ ਬੀਜੇਪੀ ਲੀਡਰ ਹਰਜੀਤ ਗਰੇਵਾਲ ਦੇ ਵੱਲੋਂ ਜਿਹੜੀ ਸ਼ਬਦਾਵਲੀ ਵਰਤੀ ਗਈ ਹੈ ਉਸ ਦੇ ਖਿਲਾਫ ਹਰਜੀਤ ਗਰੇਵਾਲ ਨੇ ਕਿਹਾ ਸੀ ਕਿ ਕਿਸਾਨਾਂ ਨੇ ਅੰਦੋਲਨ ਨੂੰ ਬਦਨਾਮ ਕਰ ਦਿੱਤਾ ਉਸ ਬਿਆਨ ਦੇ ਵਿਰੋਧ ਵਿੱਚ ਕਿਸਾਨਾਂ ਨੇ ਇੱਥੇ ਤਿੱਖੀ ਨਾਰੇਬਾਜ਼ੀ ਕੀਤੀ ਮੋਰਚੇ ਦੇ ਲੀਡਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕਿਸਾਨ ਜਥੇਬੰਦੀਆਂ ਦੀ ਇੱਕ ਟੀਮ ਹੈ ਜਿਹੜੀ ਉਹ ਕਾਰਗਿਲ ਅਤੇ ਲਦਾਖ ਪਹੁੰਚੀ ਹੈ ਜਿੱਥੇ ਉਹਨਾਂ ਨੇ ਕਿਸਾਨਾਂ ਦਾ ਝੰਡਾ ਚੁਲਾਇਆ ਹੈ ਕਿਸਾਨਾਂ ਨੇ ਦਾਵਾ ਕੀਤਾ ਹੈ ਕਿ ਸਾਡਾ ਜਿਹੜਾ ਸੰਘਰਸ਼ ਹੈ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਫੈਲ ਚੁੱਕਿਆ ਹੈ ਸੰਯੁਕਤ ਕਿਸਾਨ ਔਰਜੇ ਨੇ ਸਿੰਗੂ ਬਾਰਡਰ ਤੇ ਲੱਗੀ ਅੱਗ ਦੀ ਘਟਨਾ ਬਾਰੇ ਵੀ ਜਾਣਕਾਰੀ ਦਿੱਤੀ ਹੈ ਦੱਸਿਆ ਹੈ ਕਿ ਇਸ ਘਟਨਾ ਦੇ ਵਿੱਚ ਕਾਫੀ ਨੁਕਸਾਨ ਹੋਇਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਇਹ ਅੱਗ ਸਿੰਗੂ ਬਾਰਡਰ ਤੇ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੇ ਲੰਗਰ ਦੇ ਵਿੱਚ ਲੱਗੀ ਪ੍ਰਸ਼ਾਸਨ ਨੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭੇਜੀਆਂ ਤੇ ਅੱਗ ਨੂੰ ਬੁਝਾ ਦਿੱਤਾ ਕਾਬੂ ਪਾ ਲਿਆ ਮੌਕੇ ਤੇ ਕਿਸਾਨ ਲੀਡਰ ਵੀ ਪਹੁੰਚੇ ਅੱਗ ਦੇ ਕਾਰਨਾਂ ਦਾ ਹਾਲੇ ਪੱਕਾ ਪਤਾ ਨਹੀਂ ਲੱਗ ਸਕਿਆ ਇਸ ਦੇ ਦਰਮਿਆਨ ਕਿਸਾਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਸਿੰਘੂ ਬਾਰਡਰ ਤੇ ਇੱਕ ਹੋਰ ਕਿਸਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ ਮ੍ਰਿਤਕ ਕਿਸਾਨ ਸੋਣ ਸਿੰਘ ਜ਼ਿਲ੍ਹਾ ਲੁਧਿਆਣਾ ਦਾ ਵਸਨੇਕ ਸੀ ਪਿਛਲੇ 1 ਮਹੀਨੇ ਤੋਂ ਅੰਦੋਲਨ ਵਿੱਚ ਕਿਸਾਨਾਂ ਦੀ ਸੇਵਾ ਕਰ ਰਿਹਾ ਸੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੋਨੀਪੱਤ ਚ ਭੇਜ ਦਿੱਤਾ ਸੀ ਗੁੰਡਲੀ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਕਿਸਾਨ ਸੋਨ ਸਿੰਘ ਦੀ ਉਮਰ ਮਹਿਜ਼ 46 ਸਾਲ ਸੀ ਤੇ ਕੌਕੇ ਕਲਾਂ ਜ਼ਿਲ੍ਹਾ ਲੁਧਿਆਣਾ ਦੇ ਤਹਿਸੀਲ ਜਗਰਾਉਂ ਦਾ ਰਹਿਣ ਵਾਲਾ ਸੀ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਹੁਣ ਬੇਅਦਬੀ ਦਾ ਮੁੱਦਾ ਚੁੱਕਿਆ ਹੈ ਟਵੀਟ ਤੇ ਵਿੱਚ ਕਿਹਾ ਕਿ ਇਨਸਾਫ ਲਈ ਜੰਗ ਜਾਰੀ ਰਹੇਗੀ ਕੱਲ ਅੱਜ ਤੇ ਆਉਣ ਵਾਲੇ ਕੱਲ ਨੂੰ ਵੀ ਪੰਜਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮੰਗਦਾ ਹੈ 5 ਸਤੰਬਰ 2018 ਨੂੰ ਬੈਬਲ ਕਲਾਂ ਦੇ ਵਿੱਚ ਲੋਕ ਅਦਾਲਤ ਦੇ ਵਿੱਚ ਇਨਸਾਫ ਲਈ ਮੇਰੀ ਗੁਹਾਰ ਜਿਹੜੀ ਕੀਤੀ ਗਈ ਸੀ ਉਹ ਲਗਾਤਾਰ ਉਸੇ ਤਰ੍ਹਾਂ ਹੈ ਵੈਕਸੀਨੇਸ਼ਨ ਦੀ ਸਪਲਾਈ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਕੇਂਦਰ 'ਤੇ ਵੱਡਾ ਇਲਜ਼ਾਮ ਲਾਇਆ ਸਿਹਤ ਮੰਤਰੀ ਬਲਵੀਰ ਸਿੱਧੂ ਨੇ ਕਿਹਾ ਕਿ ਪੰਜਾਬ ਨੂੰ ਲੋੜੀਂਦਾ ਸਟਾਕ ਨਹੀਂ ਦਿੱਤਾ ਜਾ ਰਿਹਾ ਤੇ ਵੈਕਸੀਨ ਵੰਡ ਦੇ ਵਿੱਚ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਤੀਸਰੀ ਲਹਿਰ ਨੂੰ ਲੈ ਕੇ ਅਸੀਂ ਸਿਸਟਮ ਅਪਗ੍ਰੇਡ ਕਰ ਲਿਆ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਯੂਪੀ ਸਰਕਾਰ ਦੀ ਆਬਾਦੀ ਪਾਲਿਸੀ ਤੇ ਵੀ ਬਿਆਨ ਦਿੱਤਾ ਹੈ ਸਿੱਧੂ ਨੇ ਕਿਹਾ ਕਿ ਲੋਕਾਂ 'ਤੇ ਅਜਿਹਾ ਫੈਸਲਾ ਥੋਪਣਾ ਨਹੀਂ ਚਾਹੀਦਾ ਕਿ ਉਹਨਾਂ ਨੇ ਕਿੰਨੇ ਬੱਚੇ ਪੈਦਾ ਕਰਨੇ ਨੇ ਬਲਕਿ ਲੋਕਾਂ ਨੂੰ ਜਾਗਰੂਕ ਕਹੇ ਕਿ ਦੇਸ਼ ਦੇ ਮੁਕਾਬਲੇ ਪੰਜਾਬ ਚ ਆਬਾਦੀ ਦੀ ਰਫਤਾਰ ਘਟ ਹੈ ਪੰਜਾਬ ਚ ਲੋਕ ਆਬਾਦੀ ਨੂੰ ਲੈ ਕੇ ਪਹਿਲਾਂ ਹੀ ਜਾਗਰੂਕ ਨੇ ਪੂਰੇ ਦੇਸ਼ ਵਿੱਚ ਹਾਲਾਂਕਿ ਉਹਨਾਂ ਕਿਹਾ ਕਿ ਤੇਜ਼ੀ ਨਾਲ ਆਬਾਦੀ ਵਧ ਰਹੀ ਹੈ ਖੇਡਾਂ ਦੀ ਗੱਲ ਕਰ ਲਈਏ ਤਾਂ ਇੱਕ ਕ੍ਰਿਕਟਰ ਕੁੜੀ ਦੀ ਗੱਲ ਕਰਾਂਗੇ ਜਿਸ ਨੇ ਅਜਿਹਾ ਕੈਚ ਲਿਆ ਕਿ ਸੋਸ਼ਲ ਮੀਡੀਆ ਤੇ ਉਸ ਦੀਆਂ ਤਰੀਫਾਂ ਹੋ ਰਹੀਆਂ ਨੇ ਸੋਸ਼ਲ ਮੀਡੀਆ ਵਾਇਰਲ ਹੋਇਆ ਪਿਆ ਹੈ ਹਰਲੀਨ ਕੌਰ ਦਿਓਲ ਦੇ ਕੈਚ ਤੋਂ ਭਾਰਤ-ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਆ ਵਿਚਾਲੇ ਚੱਲ ਰਹੀ ਸੀਰੀਜ਼ ਦੇ ਤਹਿਤ ਭਾਰਤ ਤੇ ਇੰਗਲੈਂਡ ਵਿਚਾਲੇ ਇੱਕ ਮੈਚ ਦੌਰਾਨ ਪੰਜਾਬ ਦੀ ਧੀ ਹਰਲੀਨ ਕੌਰ ਦਿਓਲ ਨੇ ਅਜਿਹਾ ਕੈਚ ਬੁਚਿਆ ਕਿ ਮਾਸਟਰ ਬਲਾਸਟਰ ਸਚਿਨ ਤਿੰਦੁਲਕਰ ਸਮੇਤ ਸੀਨੀਅਰ ਲੀਡਰ ਪ੍ਰਿਆੰਕਾ ਗਾਂਧੀ ਤੋਂ ਲੈ ਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਕ੍ਰਿਕਟ ਜਗਤ ਦੀਆਂ ਹੋਰ ਹਸਤੀਆਂ ਇਸਤੀ ਨੂੰ ਵਧਾਈਆਂ ਦੇਣ ਲੱਗੀਆਂ ਨੇ ਦਰਅਸਲ ਮੈਚ ਦੌਰਾਨ ਹਰਲੀਨ ਨੇ ਬਾਰਡਰ ਤੇ ਇੱਕ ਕੈਚ ਬੁੱਚਿਆ ਪਰ ਜਦੋਂ ਉਸ ਨੂੰ ਲੱਗਿਆ ਕਿ ਉਹ ਲੀ ਤੋਂ ਬਾਹਰ ਡਿੱਗ ਪਵੇਗੀ ਤਾਂ ਉਸਨੇ ਬਾਲ ਹਵਾ ਵਿੱਚ ਸੁੱਟ ਦਿੱਤੀ ਤੇ ਫਿਰ ਆਪਣੇ ਆਪ ਨੂੰ ਸੰਭਾਲ ਕੇ ਬਾਲ ਨੂੰ ਬੁੱਚ ਕੇ ਨਿਸ਼ਚਿਤ ਬਾਉਂਡਰੀ ਦੇ ਅੰਦਰ ਹੀ ਉਹ ਆ ਕੇ ਡਿੱਗੀ ਇੰਗਲੈਂਡ ਦੀ ਖਿਡਾਰਨ ਇਸ ਹੈਰਾਨੀਜਨਕ ਕੈਚ ਦੀ ਬਦੌਲਤ ਆਊਟ ਹੋ ਗਈ ਇਸ ਕੈਚ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੈ ਸੀ ਅਸੀ ਲੀਡਰਾਂ ਕ੍ਰਿਕਟਰਾਂ ਸਮੇਤ ਅਨੰਦ ਮਹਿੰਦਰਾ ਵਰਗੀਆਂ ਹਸਤੀਆਂ ਨੇ ਵੀ ਹਰਲੀਨ ਦੀਆਂ ਤਰੀਫਾਂ ਦੇ ਪੁਲ ਬੰਨ੍ਹ ਦਿੱਤੇ ਨੇ ਸਚਿੰਤ ਤਦੂਲਕਰ ਨੇ ਲਿਖਿਆ ਕਿ ਇੱਕ ਸ਼ਾਨਦਾਰ ਕੈਚ ਸੀ ਹਰਲੀਨ ਦੇ올 ਮੇਰੇ ਲਈ ਇਸ ਸਾਲ ਦੀ ਸਭ ਤੋਂ ਸ਼ਾਨਦਾਰ ਕੈਚ ਹੈ 올ਿਮਪਿਕਸ ਦੇ ਲਈ ਪੰਜਾਬ ਦੇ ਖਿਡਾਰੀਆਂ ਦੀ ਤਿਆਰੀ ਨੂੰ ਲੈ ਕੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਜਾਪਾਨ ਦੇ ਟੋਕਿਓ ਵਿੱਚ ਇਸ ਸਾਲ 23 ਤੋਂ 23 ਜੁਲਾਈ ਤੋਂ 8 ਅਗਸਤ ਤੱਕ ਹੋਣ ਵਾਲੀਆਂ ਖੇਡਾਂ ਦੇ ਵਿੱਚ ਪੰਜਾਬ ਦੇ ਐਥਲੀਟ ਇੱਕ ਵਾਰ ਫਿਰ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਕਿਉਂਕਿ ਇਹਨਾਂ ਖੇਡਾਂ ਲਈ ਪੰਜਾਬ ਦੇਸ਼ ਭਰ ਵਿੱਚ ਦੂਜਾ ਸਭ ਤੋਂ ਦਾ ਦਲ ਭੇਜ ਰਿਹਾ ਹੈ ਖੇਡ ਮੰਤਰੀ ਨੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਸੰਪੂਰਨ ਸਹਾਇਤਾ ਤੇ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਅਸੀਂ ਇਹਨਾਂ ਖਿਡਾਰੀਆਂ ਦੀਆਂ ਵਿੱਤੀ ਤੇ ਹੋਰ ਲੋੜਾਂ ਦਾ ਧਿਆਨ ਰੱਖਾਂਗੇ ਸੋਢੀ ਨੇ ਇਹ ਵੀ ਖੁਸ਼ੀ ਜ਼ਾਹਿਰ ਕੀਤੀ ਕਿ ਪੰਜਾਬ ਨੂੰ 21 ਸਾਲ ਬਾਅਦ 올림픽ਸ ਦੇ ਵਿੱਚ ਹਾਕੀ ਟੀਮ ਦੀ ਕਪਤਾਨੀ ਮਿਲੀ ਹੈ ਤੇ ਹਾਕੀ ਟੀਮ ਇਸ ਵਾਰ ਜ਼ਰੂਰ ਕੋਈ ਨਾ ਕੋਈ ਜਲਵਾ ਦਿਖਾਏਗੀ ਦਿੱਲੀ ਜਲ ਬੋਰਡ ਦੇ ਉਪ ਚੇਅਰਮੈਨ ਰਾਗਵ ਚੱਡਾ ਨੇ ਦਾਵਾ ਕੀਤਾ ਕਿ ਹਰਿਆਣਾ ਦਿੱਲੀ ਦੇ ਪਾਣੀਆਂ ਦੇ ਜਾਇਜ਼ ਹਿੱਸੇ ਨੂੰ ਰੋਕ ਰਿਹਾ ਹੈ ਯਾਨੀ ਕਿ ਦਿੱਲੀ ਲਈ ਪਾਣੀ ਦੇ ਜਾਇਜ਼ ਹਿੱਸੇ ਨੂੰ ਹਰਿਆਣਾ ਰੋਕ ਰਿਹਾ ਹੈ ਤੇ ਗਵਾਂਡੀ ਵੱਲੋਂ ਯਮਨਾ ਦੇ ਵਿੱਚ ਛੱਡਿਆ ਜਾ ਰਿਹਾ ਪਾਣੀ ਹੁਣ ਤੱਕ ਦਾ ਸਭ ਤੋਂ ਘੱਟ ਪਾਣੀ ਹੈ ਉਹਨਾਂ ਕਿਹਾ ਕਿ ਹਰਿਆਣੇ ਵੱਲੋਂ ਕਥਿਤ ਤੌਰ ਤੇ ਦਿੱਲੀ ਦੇ ਪਾਣੀ ਦੇ ਹਿੱਸੇ ਨੂੰ ਰੋਕਣ ਕਾਰਨ ਵਜ਼ੀਰਾਬਾਦ ਤਲਾਬ ਦੇ ਪਾਣੀ ਦਾ ਪੱਧਰ ਘਟਿਆ ਹੈ ਤੇ ਚੰਦਰਵਲ ਵਜ਼ੀਰਾਬਾਦ ਓਖਲਾ ਵਾਟਰ ਟ੍ਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ ਸਮਰਥਾ ਹੇਠ ਆ ਗਈ ਹੈ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦਿੱਲੀ ਜੋ ਦੇਸ਼ ਦੀ ਰਾਜਧਾਨੀ ਹੈ ਉਸ ਕੋਲ ਕੁਝ ਵੀ ਆਪਣਾ ਨਹੀਂ ਹੈ ਦਿੱਲੀ ਜਿੱਥੇ ਸਰਕਾਰ ਬੈੰਦੀ ਹੈ ਜਿੱਥੇ ਹਕੂਮਤ ਹੈ ਦੇਸ਼ ਦੀ ਉਹ ਆਪਣਾ ਤਖਤ ਚਲਾਉਂਦੀ ਹੈ ਉਸ ਦਿੱਲੀ ਕੋਲ ਆਪਣਾ ਕੁਝ ਵੀ ਨਹੀਂ ਹੈ ਪਾਣੀ ਵੀ ਬਾਹਰਲੇ ਸੂਬਿਆਂ ਤੋਂ ਜਾਂਦਾ ਹੈ ਤੇ ਖਾਣ ਪੀਣ ਵਾਲ ਹਰ ਚੀਜ਼ ਬਾਰਲੇ ਸੂਬਿਆਂ ਤੋਂ ਹੀ ਦਿੱਲੀ ਨੂੰ ਜਾਂਦੀ ਹੈ ਯਾਨੀ ਕਿ ਦਿੱਲੀ ਦੇ ਲੋਕ ਨੇ ਜਿਹੜੇ ਉਹ ਜਿਹੜੇ ਆਸ-ਪਾਸ ਦੇ ਸੂਬੇ ਹੈਗੇ ਨੇ ਭਾਰਤ ਦੇ ਪੰਜਾਬ ਸਮੇਤ ਪੰਜਾਬ ਤੋਂ ਵੀ ਬਹੁਤ ਸਾਰੀਆਂ ਚੀਜ਼ਾਂ ਦਿੱਲੀ ਨੂੰ ਜਾਂਦੀਆਂ ਨੇ ਪੰਜਾਬ ਦਾ ਪਾਣੀ ਜਾਂਦਾ ਤੇ ਹੋਰ ਬਹੁਤ ਸਾਰੇ ਖਾਣ-ਪੀਣ ਦੇ ਉਤਪਾਦ ਜਾਂਦੇ ਨੇ ਤੇ ਦਿੱਲੀ ਬਾਕੀ ਸੂਬਿਆਂ ਦੇ ਉੱਤੇ ਹੀ ਨਿਰਭਰ ਹੈ ਆਪਣੀ ਪਾਲਣਾ ਕਰਨ ਦੇ ਲਈ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਦੀਆਂ ਸਭ ਤੋਂ ਪਹਿਲੀ ਖਬਰ ਮਹਾਰਾਸ਼ਟਰ ਤੋਂ ਹੈ ਜਿੱਥੇ ਜਵਤਮਾਲ ਜ਼ਿਲ੍ਹੇ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਅੱਜ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੰਨਦੇੜ ਸਣੀ ਮਹਾਰਾਸ਼ਟਰ ਦੇ ਕਈ ਇਲਾਕਿਆਂ ਦੇ ਵਿੱਚ ਇਹ ਝਟਕੇ ਮਹਿਸੂਸ ਕੀਤੇ ਗਏ ਨੇ ਰਿਕਟਰ ਪੈਮਾਨੇ ਤੇ ਪੁਚਾਲ ਦੀ ਸ਼ਿੱਦਤ 4.4 ਨਾਪੀ ਗਈ ਹੈ ਨਾਂਦੇੜ ਦੇ ਜ਼ਿਲ੍ਹਾ ਮੈਜਿਸਟਰੇਟ ਡਾਕਟਰ ਵਿਪਨ ਇਟਰਨਕਰ ਨੇ ਰਾਸ਼ਟਰੀ ਪੁਚਾਲ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਦੱਸਿਆ ਕਿ ਪੁਚਾਲ ਦੇ ਝਟਕੇ ਸਵੇਰੇ 8:33 ਮਿੰਟ ਤੇ ਮਹਿਸੂਸ ਕੀਤੇ ਗਏ ਪੁਚਾਲ ਦਾ ਕੇਂਦਰ ਯਵਤਮਾਲ ਜ਼ਿਲ੍ਹੇ ਦਾ ਸਾਧੂਨਗਰ ਸੀ ਉਨ੍ਹਾਂ ਕਿਹਾ ਕਿ ਪੁਚਾਲ ਦੇ ਝਟਕੇ ਨਾਂਦੇੜ ਦੇ ਵਿੱਚ ਵੀ ਮਹਿਸੂਸ ਕੀਤੇ ਗਏ ਕੇਜੀਵਾਲ ਨੇ ਉਤਰਾਖੰਡ ਦੀ ਜਨਤਾ ਦੇ ਨਾਲ ਵੀ ਉਹੀ ਵਾਅਦਾ ਕੀਤਾ ਜਿਹੜਾ ਪੰਜਾਬ ਦੀ ਜਨਤਾ ਨਾਲ ਕੀਤਾ ਹੈ ਕਿ ਜੇ ਸੱਤਾ ਵਿੱਚ ਆਏ ਤਾਂ 300 ਯੂਨਿਟ ਬਿਜਲੀ ਮੁਫਤ ਦੇਾਂਗੇ ਉਤਰਾਖੰਡ ਦੇ ਦੌਰੇ ਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਨੇ ਅੱਜ ਦੇਰਾਦੂਨ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਉਤਰਾਖੰਡ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਚਾਰ ਵਾਅਦੇ ਕੀਤੇ ਨੇ ਕਿ ਅਸੀਂ ਹਰ ਪਰਿਵਾਰ ਨੂੰ 300 ਯੂਨਿਟ ਮੁਫਤ ਬਿਜਲੀ ਦੇਾਂਗੇ ਜੇ ਸਾਡੀ ਸਰਕਾਰ ਆਉਂਦੀ ਹੈ ਪੁਰਾਣੇ ਬਿੱਲ ਮਾਫ ਕੀਤੇ ਜਾਣਗੇ ਕੋਈ ਪਾਵਰ ਕੱਟ ਨਹੀਂ ਹੋਵੇਗਾ 24 ਘੰਟੇ ਬਿਜਲੀ ਮਿਲੇਗੀ ਕਿਸਾਨਾਂ ਨੂੰ ਮੁਫਤ ਜਲੀ ਮਿਲੇਗੀ ਇਸ ਦੇ ਨਾਲ ਹੀ ਕੇਜਰੀਵਾਲ ਨੇ ਉੱਤਰਾਖੰਡ ਦੇ ਲੀਡਰਾਂ ਤੇ ਸੂਬੇ ਨੂੰ ਬਰਬਾਦ ਕਰਨ ਦਾ ਇਲਜ਼ਾਮ ਲਾਇਆ। ਉਹਨਾਂ ਨੇ ਸੱਤਾਧਾਰੀ ਭਾਜਪਾ ਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਦੋਵੇਂ ਪਾਰਟੀਆਂ 2000 ਤੋਂ ਸੂਬੇ ਨੂੰ ਬਰਬਾਦ ਕਰਨ ਵਿੱਚ ਲੱਗੀਆਂ ਹੋਈਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਪਸੰਦ ਦੇ ਲੋਕਾਂ ਨੂੰ ਪਦਮ ਪੁਰਸਕਾਰਾਂ ਦੇ ਲਈ ਨਾਮਜ਼ਦ ਕਰਨ ਜਿਹੜੇ ਜ਼ਮੀਨੀ ਪੱਧਰ ਤੇ ਗੈਰਮਾਮੂਲੀ ਕੰਮ ਕਰ ਰਹੇ ਨੇ। ਮੋਦੀ ਨੇ ਟਵੀਟ ਕੀਤਾ ਕਿ ਬਹੁਤ ਸਾਰੇ ਲੋਕ ਪੱਤ ਵਿੱਚ ਜ਼ਮੀਨੀ ਪੱਧਰ ਤੇ ਬਹੁਤ ਚੰਗੇ ਕੰਮ ਕਰ ਰਹੇ ਨੇ ਪਰ ਉਹਨਾਂ ਬਾਰੇ ਲੋਕ ਜਾਣਦੇ ਹੀ ਨਹੀਂ। ਅਵ ਦੇ ਉਹਨਾਂ ਟਵੀਟ ਕੀਤਾ ਕਿ ਭਾਰਤ ਵਿੱਚ ਬਹੁਤ ਸਾਰੇ ਪ੍ਰਤਿਭਾਵਾਨ ਨੇ ਜੋ ਜ਼ਮੀਨੀ ਪੱਧਰ ਤੇ ਬੇਮਿਸਾਲ ਕੰਮ ਕਰ ਰਹੇ ਨੇ ਅਕਸਰ ਸਾਨੂੰ ਉਹਨਾਂ ਬਾਰੇ ਜ਼ਿਆਦਾ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਦਾ ਕੀ ਤੁਸੀਂ ਅਜਿਹੇ ਲੋਕਾਂ ਨੂੰ ਜਾਣਦੇ ਹੋ ਤੁਸੀਂ ਜੇ ਜਾਣਦੇ ਹੋ ਤਾਂ ਉਹਨਾਂ ਨੂੰ ਪਦਮ ਪੁਰਸਕਾਰ ਲਈ ਨਾਮਜ਼ਦ ਕਰ ਸਕਦੇ ਹੋ ਨਾਮਜ਼ਦਗੀਆਂ 15 ਸਤੰਬਰ ਤੱਕ ਖੁੱਲੀਆਂ ਰਹਿਣਗੀਆਂ ਉਤਰਾਖੰਡ ਦੇ ਵਿੱਚ ਜਿਹੜੀ ਆਬਾਦੀ ਨੂੰ ਲੈ ਕੇ ਨਵੀਂ ਨੀਤੀ ਬਣ ਰਹੀ ਹੈ ਉਸ ਤੇ ਉਤਰਾਖੰਡ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਆਪਣਾ ਪ੍ਰਤੀਕਰਮ ਦਿੱਤਾ ਯੋਗੀ ਨੇ ਕਿਹਾ ਕਿ ਵਧ ਰਹੀ ਆਬਾਦੀ ਸਮਾਜ ਵਿੱਚ ਚੱਲ ਰਹੀ ਅਸਮਾਨਤਾ ਤੇ ਹੋਰ ਸਮੱਸਿਆਵਾਂ ਦੀ ਜੜ ਹੈ ਜਿਸ ਨਾਲ ਨਿਪਟਣ ਦੇ ਲਈ ਸਾਡੀ ਸਰਕਾਰ ਨਵੀਂ ਜਿਹੜੀ ਆਬਾਦੀ ਨੀਤੀ ਲੈ ਕੇ ਆਈ ਹੈ ਤੇ ਆਬਾਦੀ ਕੰਟਰੋਲ ਸਮਾਜ ਦੀ ਤਰੱਕੀ ਦੀ ਮੂਲ ਸ਼ਰਤ ਹੈ ਯੋਗੀ ਨੇ ਦਾਵਾ ਕੀਤਾ ਹੈ ਕਿ ਸਾਡੀ ਸਰਕਾਰ ਨੇ ਜਨਸੰਖਿਆ ਨੀਤੀ 2021 ਤੋਂ 2030 ਨੂੰ ਸਾਰੇ ਜਿਹੜੇ ਪਾਈਚਾਰੇ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਹੈ ਇਥੇ ਪੰਜ ਕਾਲੀਦਾਸ ਮਾਰਗ ਵਿੱਚ ਆਪਣੀ ਸਰਕਾਰੀ ਰਿਹਾਇਸ਼ ਤੇ ਵਿਸ਼ਵ ਆਬਾਦੀ ਦਿਵਸ ਦੇ ਮੌਕੇ ਤੇ ਉੱਤਰ ਪ੍ਰਦੇਸ਼ ਆਬਾਦੀ ਨੀਤੀ 2021-2030 ਦੇ ਉਦਘਾਟਨ ਤੋਂ ਬਾਅਦ ਮੁੱਖ ਮੰਤਰੀ ਨੇ ਵਧ ਰਹੀ ਆਬਾਦੀ ਦੀ ਸਮੱਸਿਆ ਤੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਜਿਹੜੀ ਜਨਸੰਖਿਆ ਨੀਤੀ ਹੈ ਉਸ ਤੇ ਆਪਣੀ ਸਰਕਾਰ ਦਾ ਬਚਾਅ ਕੀਤਾ ਸਫਾਈ ਦਿੱਤੀ ਉਧਰ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇਸ਼ ਯਾਦਵ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਤੇ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਅੰਕੜੇ ਲੁਕਾਉਣ ਦਾ ਇਲਜ਼ਾਮ ਲਾਉਂਦੇ ਹੋਏ ਦਾਵਾ ਕੀਤਾ ਹੈ ਕਿ ਸੂਬਾ ਸਰਕਾਰ ਅੰਕੜੇ ਨਹੀਂ ਦੇਣਾ ਚਾਹੁੰਦੀ ਕਿਉਂਕਿ ਉਹ ਲੋਕਾਂ ਦੀ ਮਦਦ ਹੀ ਨਹੀਂ ਕਰਨਾ ਚਾਹੁੰਦੀ। ਇਸ ਦੌਰਾਨ ਅਖਲੇਸ਼ ਯਾਦਵ ਨੇ ਪੰਚਾਇਤ ਚੋਣਾਂ ਦੀ ਡਿਊਟੀ ਦੌਰਾਨ ਅਧਿਆਪਕਾਂ ਦੀ ਹੋਈ ਮੌਤ ਦੇ ਮੁੱਦੇ ਤੇ ਵੀ ਗੱਲਬਾਤ ਕੀਤੀ ਅਖਲੇਸ਼ ਨੇ ਕਿਹਾ ਕਿ ਸਰਕਾਰ ਨੇ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਅੰਕੜੇ ਨਹੀਂ ਦਿੱਤੇ ਨਾ ਹੀ ਉਹਨਾਂ ਨੇ ਕੋਈ ਸਹਾਇਤਾ ਹੀ ਲੋਕਾਂ ਨੂੰ ਦਿੱਤੀ ਹੈ ਯੂਪੀ ਸਰਕਾਰ ਕੋਵਿਡ-19 ਨਾਲ ਹੋਈਆਂ ਮੌਤਾਂ ਦੇ ਅੰਕੜੇ ਨਹੀਂ ਦੇ ਰਹੀ ਕਿਉਂਕਿ ਲੋਕਾਂ ਦੀ ਮਦਦ ਨਹੀਂ ਕਰਨਾ ਚਾਹੁੰਦੀ ਉਹਨਾਂ ਨੇ ਕਿਹਾ ਕਿ ਜਦੋਂ ਅਧਿਆਪਕ ਪੰਚਾਇਤੀ ਚੋਣਾਂ ਦੀ ਡਿਊਟੀ ਤੇ ਸਨ ਇਹ ਕਿਹਾ ਗਿਆ ਕਿ ਚੋਣ ਡਿਊਟੀ ਤੇ ਕੋਵਿਡ-19 ਦੇ ਨਾਲ ਕੇਵਲ ਤਿੰਨ ਅਧਿਆਪਕਾਂ ਦੀ ਮੌਤ ਹੋਈ ਹੈ ਬਾਅਦ ਵਿੱਚ ਜਦੋਂ ਕੁਝ ਸੰਸਥਾਵਾਂ ਤੇ ਅਸੀਂ ਸਵਾਲ वाले ਅਧਿਆਪਕਾਂ ਦੇ ਅਸਲ ਅੰਕੜੇ ਨੇ ਜਿਹੜੇ ਉਹ ਮੰਨੇ ਨਹੀਂ ਤਾਂ ਸਰਕਾਰ ਮੰਨਦੀ ਹੀ ਨਹੀਂ ਸੀ ਅਗਲੀ ਖਬਰ ਪੱਛਮੀ ਬੰਗਾਲ ਤੋਂ ਐ ਜਿੱਥੇ ਉੱਗੇ ਅਰਤ ਸ਼ਾਸਤਰੀ ਅਤੇ ਸਤਾਤਾਰੀ TMC ਦੇ ਸੀਨੀਅਰ ਲੀਡਰ ਅਮਿਤ ਮਿਤਰਾ ਖਰਾਬ ਸੇਤ ਹੋਣ ਕਾਰਨ ਪੱਛਮੀ ਬੰਗਾਲ ਦੇ ਵਿੱਤ ਮੰਤਰੀ ਦਾ ਅਹੁਦਾ ਛੱਡ ਸਕਦੇ ਨੇ ਪਾਰਟੀ ਸੂਤਰਾਂ ਨੇ ਦੱਸਿਆ ਕਿ 77 ਸਾਲਾ ਮਿਤਰਾ 2011 ਤੋਂ ਸੂਬੇ ਦੇ ਵਿੱਤ ਮੰਤਰੀ ਨੇ ਉਹਨਾਂ ਨੇ ਇਸ ਸਾਲ ਵਿਧਾਨ ਸਭਾ ਚੋਣਾਂ ਲੜਨ ਤੋਂ ਗੁਰੇਜ਼ ਕੀਤਾ ਸੀ ਸੂਤਰਾਂ ਮੁਤਾਬਕ ਅਮਿਤ ਮਿਤਰਾ ਸੂਬੇ ਦੇ ਵਿੱਤ ਮੰਤਰੀ ਫਿਲਹਾਲ ਬਣੇ ਰਹਿਣਗੇ ਕਿਉਂਕਿ ਉਹ 4 ਨਵੰਬਰ ਨੂੰ ਚੁਣੇ ਬਿਨਾਂ ਇਸ ਅਹੁਦੇ ਤੇ 6 ਮਹੀਨੇ ਪੂਰੇ ਕਰ ਲੈਣਗੇ ਉਨ੍ਹਾਂ ਨੇ ਪਹਿਲਾਂ ਹੀ ਪਾਰਟੀ ਲੀਡਰਸ਼ਿਪ ਨੂੰ ਸੂਚਿਤ ਕਰ ਦਿੱਤਾ ਹੈ ਕਿ ਬਿਮਾਰ ਹੋਣ ਕਰਕੇ ਬਹੁਤਾ ਕੰਮ ਉਹ ਨਹੀਂ ਕਰ ਸਕਦੇ ਪ੍ਰਮੁੱਖ ਮੰਤਰੀ ਮਮਤਾ ਬੇਨਰਜੀ ਦੇ ਜ਼ੋਰ ਦੇਣ ਕਾਰਨ ਉਹ ਇਸ ਅਹੁਦੇ ਤੇ ਫਿਲਹਾਲ ਟਿਕੇ ਹੋਏ ਨੇ ਮਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਤੋਂ ਖਬਰ ਹੈ ਜਿੱਥੇ ਅੱਜ ਸਵੇਰੇ ਬਿਜਲੀ ਦਾ ਕਰੰਟ ਲੱਗਣ ਕਾਰਨ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 42 ਕਿਲੋਮੀਟਰ ਦੂਰ ਵਿਜਾਵਰ ਥਾਣੇ ਅਧੀਨ ਪੈਂਦੇ ਪਿੰਡ ਮੌਵਾ ਚਾਲਾ ਦੀ ਹੈ ਵਿਜਾਵਰ ਥਾਣੇ ਦੇ ਇੰਚਾਰਜ ਮੁਕੇਸ਼ ਸਿੰਘ ਠਾਕੁਰ ਨੇ ਦੱਸਿਆ ਕਿ ਮੌਵਾ ਚਾਲਾ ਪਿੰਡ ਦੇ ਵਿੱਚ ਪਖਾਨਾ ਬਣਾਇਆ ਜਾ ਰਿਹਾ ਸੀ ਉਸ ਲਈ ਸ ਲੇਟਰ ਪਾਇਆ ਜਾ ਰਿਹਾ ਸੀ ਅੱਜ ਸਵੇਰੇ ਜਦੋਂ ਇੱਕ ਵਿਅਕਤੀ ਲੈਂਟਰ ਦੀ ਤਿਆਰੀ ਦੇਖਣ ਲਈ ਟੈਂਕ ਵਿੱਚ ਉਤਰਿਆ ਤਾਂ ਰੋਸ਼ਨੀ ਲਈ ਲਾਈ ਬੱਤੀ ਵਿੱਚ ਕਰੰਟ ਆ ਗਿਆ ਉਸ ਨੂੰ ਬਚਾਉਣ ਲਈ ਪਰਿਵਾਰ ਦੇ ਪੰਜ ਹੋਰ ਜੀ ਵੀ ਜਾਨ ਕੋ ਆ ਬੈਠੇ ਮਰਨ ਵਾਲਿਆਂ ਦੀ ਉਮਰ 20 ਤੋਂ 65 ਸਾਲ ਦੇ ਵਿਚਾਲੇ ਹੈ ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੀ ਦੁਨੀਆ ਤੋਂ ਸਭ ਤੋਂ ਪਹਿਲੀ ਖਬਰ ਅਫਗਾਨਿਸਤਾਨ ਤੋਂ ਹੈ ਜਿੱਥੇ ਵਿਗੜਦੀ ਸੁਰੱਖਿਆ ਸਥਿਤੀ ਅਤੇ ਕੰਧਾਰ ਦੇ ਆਸ-ਪਾਸ ਦੇ ਨਵੇਂ ਇਲਾਕਿਆਂ ਦੇ ਉੱਤੇ ਤਾਲਿਬਾਨ ਦੇ ਕਬਜ਼ੇ ਦੇ ਬੰਦੇ ਨਜ਼ਰ ਭਾਰਤ ਨੇ ਦੱਖਣੀ ਅਫਗਾਨਿਸਤਾਨ ਦੇ ਸ਼ਹਿਰ ਦੇ ਵਿੱਚ ਆਪਣੇ ਕੌਂਸਲ ਖਾਨੇ ਦੇ ਤਕਰੀਬਨ 50 ਡਿਪਲੋਮੈਟ ਅਤੇ ਸੁਰੱਖਿਆ ਕਰਮਚਾਰੀ ਵਾਪਸ ਸੱਦ ਲੈਨੇ ਭਾਰਤੀ ਹਵਾਈ ਫੌਜ ਦਾ ਵਿਸ਼ੇਸ਼ ਜਹਾਜ਼ ਸ਼ਨੀਵਾਰ ਨੂੰ ਭਾਰਤੀ ਡਿਪਲੋਮੇਟਾਂ ਅਧਿਕਾਰੀਆਂ ਤੇ ਹੋਰ ਸੁਰੱਖਿਆ ਕਰਮੀਆਂ ਨੂੰ ਲਿਿਆਉਣ ਲਈ ਰਵਾਨਾ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਇੰਡੋ-ਤਿੱਬਤੀ ਬਾਰਡਰ ਪੁਲਿਸ ਦੇ ਜਵਾਨ ਵੀ ਸ਼ਾਮਲ ਸਨ ਅਗਲੀ ਖਬਰ ਤੁਰਕੀ ਤੋਂ ਹੈ ਜਿੱਥੇ ਪ੍ਰਵਾਸੀਆਂ ਦੀ ਬੱਸ ਪਲਟਣ ਕਾਰਨ 12 ਜਣਿਆਂ ਦੀ ਮੌਤ ਹੋ ਗਈ ਹੈ ਤੁਰਕੀ ਦੇ ਵਿੱਚ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਬੱਸ ਪਲਟਣ ਨਾਲ 12 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 20 ਮਜ਼ਦੂਰ ਜ਼ਖਮੀ ਹੋ ਗਏ ਸੂਬੇ ਦੀ ਇੱਕ ਨਿਊਜ਼ ਏਜੰਸੀ ਦੇ ਮੁਤਾਬਕ ਇਹ ਹਾਦਸਾ ਦੇਰ ਰਾਤ ਵਾਪਰਿਆ ਜਾਣਕਾਰੀ ਮੁਤਾਬਕ ਪ੍ਰਵਾਸੀ ਜ਼ਿਆਦਾਤਰ ਈਰਾਨ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਸਿੰਦੇ ਈਰਾਨ ਦੀ ਸਰਹੱਦ ਨੂੰ ਤੁਰਕੀ ਪਾਰ ਕਰਦੇ ਨੇ ਤੇ ਜੂਨ 2020 ਦੇ ਵਿੱਚ ਝੀਲ ਚ ਪ੍ਰਵਾਸੀ ਮਜ਼ਦੂਰਾਂ ਦੀ ਕਿਸ਼ਤੀ ਡੁੱਬਣ ਨਾਲ ਵੀ 60 ਤੋਂ ਵੱਧ ਪ੍ਰਵਾਸੀ ਲੋਕ ਮਾਰੇ ਗਏ ਸੀ ਅਗਲੀ ਖਬਰ ਹੈ ਸ਼੍ਰੀਲੰਕਾ ਤੋਂ ਹੈ ਜਿੱਥੇ 7 ਜੁਲਾਈ ਨੂੰ ਇੱਕ ਕਾਰਗੋ ਜਹਾਜ਼ ਨੂੰ ਅੱਗ ਲੱਗਣ ਕਾਰਨ 176 ਕੱਚੂ ਕਾਮਿਆਂ ਦੀ ਮੌਤ ਹੋ ਗਈ ਜਦਕਿ ਇਸੇ ਹਾਦਸੇ ਵਿੱਚ 20 ਡਾਲਫਿਨਸ ਵੀ ਮਾਰੀਆਂ ਗਈਆਂ ਨੇ ਇਹ ਪੁਸ਼ਟੀ ਸ਼੍ਰੀਲੰਕਾ ਦੀ ਸਰਕਾਰ ਨੇ ਕੀਤੀ ਹੈ ਇਸ ਬਾਰੇ ਸੰਸਦ ਵਿੱਚ ਜਾਣਕਾਰੀ ਦਿੰਦਿਆਂ ਸ਼੍ਰੀਲੰਕਾ ਦੇ ਮੰਤਰੀ ਰੋਹਿ타 ਅਬੇਗੁਨਾ ਵਰਡੇ ਨੇ ਕਿਹਾ ਹੈ ਕਿ ਇਸ ਬਾਰੇ ਜਾਂਚ ਚੱਲ ਰਹੀ ਹੈ ਹੇਤੀ ਤੋਂ ਖਬਰ ਹੈ ਜਿੱਥੇ ਦੇ ਰਾਸ਼ਟਰਪਤੀ ਜੋਵినਲ ਮੋਇਜ਼ ਦੀ ਜ਼ਖਮੀ ਪਤਨੀ ਨੇ ਪਹਿਲੀ ਵਾਰੀ ਉਸ ਰਾਤ ਬਾਰੇ ਦੱਸਿਆ ਜਦੋਂ ਰਾਸ਼ਟਰਪਤੀ ਤੇ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਸੀ ਇਸ ਹਾਦਸੇ ਵਿੱਚ ਰਾਸ਼ਟਰਪਤੀ ਦੀ ਪਤਨੀ ਵੀ ਗੰਭੀਰ ਜ਼ਖਮੀ ਹੋ ਗਈ ਸੀ ਰਾਸ਼ਟਰਪਤੀ ਮੋਇਜ਼ ਦੀ ਪਤਨੀ ਮਾਰਟਿਨ ਮੋਇਜ਼ ਨੇ ਦੱਸਿਆ ਕਿ ਹਮਲਾ ਇੰਨੀ ਤੇਜ਼ੀ ਨਾਲ ਹੋਇਆ ਕਿ ਉਹਨਾਂ ਦੇ ਪਤੀ ਜੋਵినੇਲ ਇੱਕ ਵੀ ਸ਼ਬਦ ਤੱਕ ਨਹੀਂ ਕਹਿ ਸਕੇ ਸ਼ਨੀਵਾਰ ਨੂੰ ਪਤਨੀ ਨੇ ਆਪਣੇ ਟਵਿੱਟਰ ਪੇਜ ਤੇ ਇੱਕ ਵਾਇਸ ਮੈਸੇਜ ਪੋਸਟ ਕੀਤਾ ਜਿਸ ਵਿੱਚ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਮੈਂ ਅੱਗੇ ਵੀ ਆਪਣਾ ਕੰਮ ਜਾਰੀ ਰੱਖਾਂਗੀ ਸੁਨੇਹੇ ਤੇ ਆਈਆਂ ਜੜੀਆਂ ਪ੍ਰਤੀਕਿਰਿਆਵਾਂ ਨੇ ਉਹ ਦੱਸਦੀਆਂ ਨੇ ਜ਼ਿਆਦਾਤਰ ਲੋਕ ਪੁਸ਼ਟੀ ਕਰਦੇ ਨੇ ਕਿ ਉਹ ਰਾਸ਼ਟਰਪਤੀ ਦੀ ਪਤਨੀ ਦੀ ਹੀ ਆਵਾਜ਼ ਹੈ ਉਤਸ਼ਾਹਦ ਸੇ ਨੂੰ ਬਿਆਨ ਕਰਦੇ ਹੋਏ ਮਾਰਟਿਨ ਮੋਇਸ ਨੇ ਇਸ ਵਾਇਸ ਮੈਸੇਜ ਵਿੱਚ ਦੱਸਿਆ ਕਿ پلਕ ਝਪਕਦੇ ਹੀ ਉਹ ਹਮਲਾਵਰ ਮੇਰੇ ਘਰ ਚ ਵੜਾਏ ਤੇ ਮੇਰੇ ਪਤੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਅੱਗੇ ਦੱਸਦੇ ਨੇ ਕਿ ਇਸ ਗੜਾਤ ਨੂੰ ਕੋਈ ਨਾਮ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਜੋਵਨਲ ਮੋਇਜ਼ ਵਰਗੇ ਰਾਸ਼ਟਰਪਤੀ ਦਾ ਕਤਲ ਇੱਕ ਖੁੰਖਾਰ ਤੇ ਵੱਡਾ ਅਪਰਾਧੀ ਹੀ ਕਰ ਸਕਦਾ ਕਿਉਂਕਿ ਹਮਲਾਵਰਾਂ ਨੇ ਉਹਨਾਂ ਨੂੰ ਇੱਕ ਵੀ ਸ਼ਬਦ ਕਹਿਣ ਦਾ ਮੌਕਾ ਤੱਕ ਨਹੀਂ ਦਿੱਤਾ ਰਾਸ਼ਟਰਪਤੀ ਦੀ ਪਤਨੀ ਦਾ ਮੰਨਣਾ ਹੈ ਕਿ ਉਹਨਾਂ ਦੇ ਪਤੀ ਨੂੰ ਸਿਆਸੀ ਕਾਰਨਾ ਕਰਕੇ ਨਿਸ਼ਾਨਾ ਬਣਾਇਆ ਗਿਆ ਖਾਸ ਤੌਰ ਤੇ ਸੰਵਿਧਾਨ ਵਿੱਚ ਬਦਲਾਅ ਦੇ ਮੁੱਦੇ ਨੂੰ ਲੈ ਕੇ ਜੋ ਰਾਸ਼ਟਰਪਤੀ ਨੂੰ ਵੱਧ ਸ਼ਕਤੀਆਂ ਦੇ ਸਕਦਾ ਸੀ ਉਹਨਾਂ ਕਿਹਾ ਕਿ ਮੈਂ ਰੋ ਰਹੀ ਹਾਂ ਇਹ ਸੱਚ ਹੈ ਪਰ ਅਸੀਂ ਦੇਸ਼ ਨੂੰ ਰਾਹ पटਕਣ ਨਹੀਂ ਦੇ ਸਕਦੇ ਉਹਨਾਂ ਕਿਹਾ ਕਿ ਅਸੀਂ ਰਾਸ਼ਟਰਪਤੀ ਜੋਵਨਿਲ ਮੋਇਸ ਮੇਰੇ ਪਤੀ ਸਾਡੇ ਰਾਸ਼ਟਰਪਤੀ ਜਿਸ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ ਤੇ ਜੋ ਬਦਲੇ ਵਿੱਚ ਸਾਨੂੰ ਵੀ ਬਹੁਤ ਪਿਆਰ ਕਰਦੇ ਸੀ ਅਸੀਂ ਉਹਨਾਂ ਦੇ ਖੂਨ ਨੂੰ ਬਰਬਾਦ ਨਹੀਂ ਹੋਣ ਦੇ ਸਕਦੇ ਲੰਗੀ 7 ਜੁਲਾਈ ਨੂੰ ਕਥਿਤ ਤੌਰ ਤੇ 28 ਵਿਦੇਸ਼ੀ ਪਹਾੜੇ ਦੇ ਫੌਜੀਆ ਨੇ ਰਾਸ਼ਟਰਪਤੀ ਮੋਇਸ ਦਾ ਕਤਲ ਕਰ ਦਿੱਤਾ ਗਿਆ ਸੀ ਜਦ ਕਿ ਉਸ ਹਮਲੇ ਦੇ ਵਿੱਚ ਰਾਸ਼ਟਰਪਤੀ ਦੀ ਪਤਨੀ ਗੰਭੀਰ ਜ਼ਖਮੀ ਹੋ ਗਈ ਸੀ ਜਿਨ੍ਹਾਂ ਨੂੰ ਮਿਆਮੀ ਲਜਾਇਆ ਗਿਆ ਸੀ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ